ਖੌਫਨਾਕ ਤਸਵੀਰਾਂ ਇੱਕ ਭਿਆਨਕ ਸੜਕ ਹਾਦਸੇ ਦੀਆਂ ਨੇ ਜਿੱਥੇ ਇੱਕ ਕਾਰ ਤੇ ਟਰੱਕ ਦੀ ਜ਼ੋਰਦਾਰ ਟੱਕਰ ਹੋਈ ਹੈ ਜਿਸ ਵਿੱਚ ਕਾਰ ਦੇ ਪਰਖੱਚੇ ਉੱਡ ਗਏ ਨੇ ਤੇ ਕਾਰ ਸਵਾਰ ਮੁੰਡਿਆਂ ਨੂੰ ਗੰਭੀਰ ਸੱਟਾਂ ਲੱਗੀਆਂ ਨੇ। ਖਾਸ ਤੌਰ ਤੇ ਪਿਛਲੇ ਸੀਟ ਤੇ ਬੈਠੇ ਲੜਕੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜੋ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ। ਹਾਦਸਾ ਜਲੰਧਰ ਦੇ ਪੌਸ਼ ਇਲਾਕੇ ਮਾਡਲ ਟਾਊਨ ਚ ਪੈਂਦੇ ਇਕੋਨਿਕ ਮਾਲ ਦੇ ਨਜ਼ਦੀਕ ਵਾਪਰਿਆ ਜਿੱਥੇ ਕਾਰ ਚਾਲਕਾਂ ਦਾ ਕਹਿਣਾ ਹੈ ਕਿ ਜਦੋਂ ਗ੍ਰੀਨ ਸਿਗਨਲ ਸੀ ਤਾਂ ਉਦੋਂ ਉਹਨਾਂ ਦੇ ਵੱਲੋਂ ਕਾਰ ਦੇ ਰਾਹੀਂ ਸੜਕ ਕ੍ਰਾਸ ਕੀਤੀ ਜਾ ਰਹੀ ਸੀ ਤਾਂ ਉਧਰੋਂ ਹੀ ਰੈੱਡ ਲਾਈਟ ਤੇ ਵੀ ਇੱਕ ਟਰੱਕ ਬੜੀ ਤੇਜ਼ ਰਫ਼ਤਾਰ ਦੇ ਨਾਲ ਆਉਂਦਾ ਆ ਅਤੇ ਇਸ ਕਾਰ ਨੂੰ ਜ਼ੋਰ ਦੇ ਨਾਲ ਟੱਕਰ ਮਾਰ ਦਿੰਦਾ ਹੈ। ਕਾਰ ਦੇ ਨਾਲ ਟਕਰਾਉਣ ਤੋਂ ਬਾਅਦ ਇਹ ਟਰੱਕ ਡਿਵਾਈਡਰ 'ਚ ਜਾ ਵੱਜਦਾ ਤੇ ਡਿਵਾਈਡਰ ਵੀ ਬੁਰੀ ਤਰ੍ਹਾਂ ਦੇ ਨਾਲ ਨੁਕਸਾਨਿਆ ਗਿਆ ਹੈ, ਟੁੱਟ ਚੁੱਕਿਆ ਹੈ। ਟੱਕਰ ਇਹਨੇ ਜ਼ਬਰਦਸਤ ਹੋਈ ਹੈ ਕਿ ਕਾਰ ਦਾ ਪਿਛਲਾ ਹਿੱਸਾ ਬੁਰੀ ਤਰ੍ਹਾਂ ਦੇ ਨਾਲ ਨੁਕਸਾਨਿਆ ਗਿਆ ਹੈ ਤੇ ਪਿੱਛੇ ਬੈਠੇ ਲੜਕਿਆਂ ਨੂੰ ਜ਼ਿਆਦਾ ਸੱਟਾਂ ਲੱਗੀਆਂ ਨੇ। ਕਾਰ ਚਾਲਕਾਂ ਦਾ ਕਹਿਣਾ ਹੈ ਕਿ ਉਹ ਚਾਰ ਦੋਸਤ ਇਸ ਕਾਰ ਦੇ ਵਿੱਚ ਸਵਾਰ ਹੋ ਕੇ ਮਿੱਠਾਪੁਰ ਤੋਂ ਮਾਡਲ ਟਾਊਨ ਆਏ ਸਨ ਕਿਸੇ ਕੰਮ ਦੇ ਲਈ ਤੇ ਇਸੇ ਵਿਚਾਲੇ ਜਦੋਂ ਉਹਨਾਂ ਨੇ ਗ੍ਰੀਨ ਸਿਗਨਲ ਦੇਖਿਆ ਤਾਂ ਉਦੋਂ ਹੀ ਕਾਰ ਦੇ ਰਾਹੀਂ ਆਪਣੀ ਰੋਡ ਕ੍ਰਾਸ ਕਰ ਰਹੇ ਸਨ ਤੇ ਇਸੇ ਵਿਚਾਲੇ ਰੈੱਡ ਲਾਈਟ ਦੇਖਦਾ ਹੋਇਆ ਵੀ ਇਹ ਟਰੱਕ ਬੜੀ ਤੇਜ਼ ਰਫ਼ਤਾਰ ਦੇ ਨਾਲ ਆਉਂਦਾ ਹੈ ਤੇ ਕਾਰ ਚਾਲਕਾਂ ਨੂੰ ਟੱਕਰ ਮਾਰ ਦਿੰਦਾ ਹੈ ਤੇ ਫਿਰ ਡਿਵਾਈਡਰ ਨਾਲ ਜਾ ਟਕਰਾਉਂਦਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਟਰੱਕ ਚਾਲਕ ਮੌਕੇ ਤੇ ਹੀ ਆਪਣਾ ਟਰੱਕ ਛੱਡ ਕੇ ਉੱਥੋਂ ਫਰਾਰ ਹੋ ਗਿਆ ਹੈ। ਪੁਲਿਸ ਦੇ ਵੱਲੋਂ ਟਰੱਕ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ ਪਰ ਵੱਡੀ ਗੱਲ ਇਹ ਹੈ ਕਿ ਇੱਥੇ ਟਰੱਕ ਦਾ ਕੋਈ ਵੀ ਨੰਬਰ ਨਹੀਂ ਹੈ, ਕੋਈ ਨੰਬਰ ਪਲੇਟ ਨਹੀਂ ਲੱਗੀ ਹੋਈ ਜਿਸ ਕਰਕੇ ਇਸ ਟਰੱਕ ਦਾ ਕੋਈ ਪਤਾ ਨਹੀਂ ਲੱਗ ਪਾ ਰਿਹਾ ਹੈ। ਫਿਲਹਾਲ ਪੁਲਿਸ ਤਫਤੀਸ਼ ਦੇ ਵਿੱਚ ਜੁਟੀ ਹੋਈ ਹੈ। ਭਾਜੀ ਅਸੀਂ ਟੋਟਲ 4 ਜਣੇ ਸੀਗੇ, ਫਰੰਟ ਵਾਲੇ 2 ਨੇ ਸੀਟ ਬੈਲਟ ਲਾਈ ਸੀਗੀ ਜੀ ਤੇ ਨਾਲ ਦਾ ਭਾਜੀ ਨਾਲ ਦਾ ਸੇਫ ਆ, ਚਲੋ ਬੈਕ ਵਾਲਾ ਜਿਹੜਾ ਪਿੱਛੇ ਸੀਗਾ ਭਾਜੀ ਇਧਰਲੀ ਸਾਈਡ ਉਹਦੀ ਲੱਤ ਤੇ ਪਤਾ ਨਹੀਂ ਕੀ ਹੋਇਆ। ਕੀ ਨਾਮ ਨੇ ਤੇ ਕਿੰਨੇ ਜਣੇ ਸੀਗੇ ਗੱਡੀ 'ਚ? 4 ਜਣੇ ਸੀਗੇ ਭਾਜੀ ਟੋਟਲ। ਕੀ ਨਾਮ ਸੀ? ਸੁਖਮਨਦੀਪ ਸਿੰਘ। ਡਰਾਈਵਿੰਗ ਕਰਨ ਦੇ ਇਸਮੇ ਜੀ ਐਕਸੀਡੈਂਟ ਹੋਇਆ ਸੀ, ਇਧਰੋਂ ਗੱਡੀ ਆ ਰਹੀ ਹੈ ਆਪਣੇ ਹਾਂਜੀ ਹਸਪੀਟਲ ਕਿਡਨੀ ਹਸਪੀਟਲ ਵੱਲੋਂ, ਹਾਂਜੀ ਟਰੱਕ ਬੱਸ ਸਟੈਂਡ ਵੱਲੋਂ ਆ ਰਿਹਾ ਸੀ ਜੀ। ਠੀਕ ਹੈ ਤੇ ਇਹ ਗੱਡੀ ਵਾਲੇ ਕਹਿੰਦੇ ਗ੍ਰੀਨ ਲਾਈਟ ਹੋਈ ਸੀ ਤੇ ਉਹ ਟਰੱਕ ਵਾਲੇ ਨੇ ਟਰੱਕ ਵਾਲਾ ਵਿੱਚ ਵੱਜਿਆ ਹਾਂਜੀ। ਮੰਗ ਭਾਜੀ ਇਹ ਗੱਡੀ ਰੱਖ ਵਾਲਾ ਕਿਹੜੇ ਟਰਾਂਸਪੋਰਟ ਦੀ ਕੋਈ ਪਤਾ ਲੱਗਾ ਕਿੱਥੇ ਦਾ ਟਰੱਕ ਆ? ਨਹੀਂ ਸਰ ਪਤਾ ਨਹੀਂ ਲੱਗਾ ਜੀ। ਡਰਾਈਵਰ ਦਾ ਡਰਾਈਵਰ ਕਿੱਥੇ ਇਸ ਟਾਈਮ ਕੋਈ ਪਤੇ ਬਾਰੇ ਕੋਈ ਸੂਚਨਾ?